ਸਮਾਣਾ ਅਤੇ ਪਾਤੜਾ ਸ਼ਹਿਰ ਵਿੱਚ ਡੇਂਗੂ ਬੁਖਾਰ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਕਾਰਨ 3 ਦਿਨਾਂ ਦੇ ਦੌਰਾਨ 3 ਡੇਂਗੂ ਦੇ ਰੋਗੀ ਮੌਤ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਇਸੇ ਤਰ੍ਹਾਂ ਹਰਿੰਦਰ ਸ਼ਰਮਾ ਦੀ ਮੌਤ ਤੋਂ ਬਾਅਦ ਉਸਦੀ ਭੈਣ ਨੇ ਕਿਹਾ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਮੁਕੰਮਲ ਪ੍ਰਬੰਧ ਨਾ ਹੋਣ ਕਾਰਨ ਉਸਦੇ ਭਰਾ ਦੀ ਮੌਤ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਰੋਗ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਤਾਂ ਕਿ ਲੋਕ ਇਸ ਰੋਗ ਦੇ ਕਾਰਨ ਮੌਤ ਦਾ ਸ਼ਿਕਾਰ ਨਾ ਹੋਣ। ਡੇਂਗੂ ਹੋਇਆ, ਸਮਾਣੇ ਕੋਈ ਇਲਾਜ ਨਹੀਂ ਹੋਇਆ, ਪਟਿਆਲੇ ਲੈ ਕੇ ਆਇਆ ਇਹਨੂੰ, ਰਜਿੰਦਰਾ ਹਸਪਤਾਲ ਲੈ ਕੇ ਗਏ, ਕਿਸੇ ਨੇ ਕੋਈ ਚਾਹੀਦਾ ਕੇਅਰ ਨਹੀਂ ਕੀਤੀ ਉਹਦੀ। ਆਖਾ ਤਾਂ ਬਾਈ ਨੂੰ ਮਦਦ ਲੈ ਕੇ ਆ ਗਈਆਂ, ਦੋ ਦਿਨ ਰਿਹਾ ਉੱਥੇ। ਨਾ ਜੀ ਉੱਥੇ ਤਾਂ ਪਟਿਆਲੇ ਉਹ ਤਾਂ ਰਜਿੰਦਰਾ ਹਸਪਤਾਲ ਕੁਛ ਹੈ ਹੀ ਨਹੀਂ, ਪਏ ਦੇ ਆ ਜਿਵੇਂ ਮਾਲ ਕੁੱਤੇ ਪਏ ਹੁੰਦੇ ਆ, ਉੱਥੇ ਐਮਰਜੈਂਸੀ ਵਾਰਡ ਪਏ ਰਹੇ, ਉੱਥੋਂ ਉਹਨਾਂ ਨੇ ਭੇਜਤਾ 12 ਵਾਰਡ 'ਚ ਕੋਈ ਪੁੱਛਦਾ ਹੀ ਨਹੀਂ ਵੀ ਗੁਲੂਕੋਸ਼ ਲਗਾ ਦਿਓ, ਗੁਲੂਕੋਸ਼ ਲਗਾ ਦਿਓ, ਆ ਰਹੇ ਹਾਂ, ਜਦ ਤਾਂ ਬੰਦਾ ਮਰ ਵੀ ਗਿਆ। ਡੇਂਗੂ ਦੀ ਫੈਲ ਰਹੀ ਇਸ ਘਾਤਕ ਬਿਮਾਰੀ ਕਾਰਨ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਆਣੀਆਂ ਪੈ ਰਹੀਆਂ ਨੇ, ਪਰ ਸਵਾਲ ਇਹ ਉੱਠਦਾ ਹੈ ਕਿ ਪ੍ਰਸ਼ਾਸਨ ਕਦੋਂ ਇਸ ਦੁੱਖ ਨੂੰ ਸਮਝੇਗਾ। ਇਹਨਾਂ ਦਾ ਬਹੁਤ ਬੁਰਾ ਹਾਲ ਹੈ ਸਫਾਈ ਦਾ ਜੀ, ਸਫਾਈ ਦਾ ਤਾਂ ਪੁੱਛੋ ਹੀ ਕੋਈ ਨਾ, ਇਹ ਜਿੱਦਾਂ ਇਹਨਾਂ ਨੇ ਨਾਲੀਆਂ ਬੰਦ ਕਰੀਆਂ ਨੇ ਉਦੋਂ ਸਗੋਂ ਜ਼ਿਆਦਾ ਕੰਮ ਵੱਧ ਗਿਆ ਜੀ ਇਹ, ਪਹਿਲਾਂ ਇੰਨਾ ਕੰਮ ਨਹੀਂ ਸੀ ਹੈਗਾ, ਜਿੱਦਾਂ ਨਾਲੀਆਂ ਬੰਦ ਕਰੀਆਂ ਨੇ ਉਦੋਂ ਦਾ ਸਗੋਂ ਜ਼ਿਆਦਾ ਕੰਮ ਖਰਾਬ ਹੋਇਆ ਪਿਆ। ਸਰਕਾਰੀ ਹਸਪਤਾਲ ਸਮਾਣਾ ਦੇ ਡਾਕਟਰ ਜਤਿਨ ਕੁਮਾਰ ਨੇ ਦੱਸਿਆ ਕਿ ਡੇਂਗੂ ਬੁਖਾਰ ਦੇ ਪੀੜਤ ਹਸਪਤਾਲ ਵਿੱਚ ਲਗਾਤਾਰ ਆ ਰਹੇ ਨੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਸ-ਪਾਸ ਸਫਾਈ ਦਾ ਪ੍ਰਬੰਧ ਰੱਖਣ ਤਾਂ ਕਿ ਰੋਗ ਨਾ ਫੈਲੇ, ਅਤੇ ਸਰਕਾਰੀ ਹਸਪਤਾਲ ਪਹੁੰਚ ਕੇ ਲੋਕ ਆਪਣਾ ਖੂਨ ਟੈਸਟ ਵੀ ਕਰਵਾਉਣ। ਜ਼ਿਆਦਾਤਰ ਮੱਛਰਾਂ ਕਰਕੇ ਹੀ ਹੈਗਾ, ਬੇਸਿਕਲੀ ਆਪਾਂ ਨੂੰ ਮੱਛਰਾਂ ਤੋਂ ਬਚਾਓ ਕਰਨਾ ਹੈ, ਪਾਣੀ ਨੂੰ ਜਿਹੜਾ ਹੈਗਾ ਉਹ ਖੜਨ ਤੋਂ ਬਚਾਉਣਾ ਹੈਗਾ, ਜਿਹੜਾ ਹੈ ਖਾਸ ਕਰਦੇ ਘਰ ਦੇ ਵਿੱਚ ਜਿਹੜਾ ਪਾਣੀ ਹੈ ਗਮਲਿਆਂ ਦੇ ਵਿੱਚ ਹੈ, ਕੂਲਰ ਦੇ ਵਿੱਚ ਹੈ, ਆਸ ਪਾਸ ਦੇ ਵਿੱਚ ਹੈ, ਹਾਂ ਗੰਦਗੀ ਨਾਲ ਵੀ ਮੱਛਰ ਫੈਲਦਾ ਹੀ ਹੈਗਾ, ਗੰਦਗੀ ਵੀ ਆਪਾਂ ਨੂੰ ਦੂਰ ਰੱਖਣੀ ਚਾਹੀਦੀ ਹੈਗੀ। ਬਾਕੀ ਆਪਾਂ ਨੂੰ ਕੱਪੜੇ ਪੂਰੀ ਬਾਜੂ 'ਤੇ ਪਾ ਕੇ ਰੱਖਣੇ ਚਾਹੀਦੇ ਹੈਗੇ, ਪੈਰਾਂ 'ਤੇ ਜੁਰਾਬਾਂ ਰੱਖੋ, ਬਾਜੂਆਂ ਵੀ ਪੂਰੀ ਫੁੱਲ ਸਲੀਵਸ ਦੇ ਕੱਪੜੇ ਪਾਉਣੇ ਚਾਹੀਦੇ ਹੈਗੇ, ਤਾਂ ਕਿ ਜਿੰਨਾ ਆਪਾਂ ਮੱਛਰਾਂ ਤੋਂ ਬਚਾਓ ਕਰ ਸਕੀਏ ਓਨਾ ਹੀ ਇਸ ਬਿਮਾਰੀ ਤੋਂ। ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ।